ਬਟਾਲਾ ਦੇ ਧਿਆਨਪੁਰ ਕਸਬੇ ਦੇ ਨੇੜਲੇ ਪਿੰਡ ਸ਼ਾਹਪੁਰ ਜਾਜਨ ਦੇ ਪੁਲ ਤੇ ਇੱਕ ਕਾਰ ਦੇ ਬੇਕਾਬੂ ਹੋ ਕੇ ਪਲਟਣ ਕਾਰਨ ਕਾਰ ਸਵਾਰ ਪਿਓ ਪੁੱਤਰ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮਲਕੀਤ ਸਿੰਘ ਵਾਸੀ ਰੱਤਾ ਆਪਣੇ 15 ਸਾਲਾ ਪੁੱਤਰ ਗੁਰਕੀਰਤ ਸਿੰਘ ਨਾਲ ਕਾਰ ਵਿੱਚ ਦਵਾਈ ਲੈਣ ਲਈ ਗਿਆ ਹੋਇਆ ਸੀ ਕਿ ਰਸਤੇ ਵਿੱਚ ਪੁਲੀ ਦੇ ਮੋੜ ਤੋਂ ਕਾਰ ਬੇਕਾਬੂ ਹੋ ਕੇ ਝੋਨੇ ਦੇ ਖੇਤ ਵਿੱਚ ਜਾ ਪਲਟੀ। ਹਨੇਰੇ 'ਚ ਕਾਰ ਦੀਆਂ ਲਾਈਟਾਂ ਜਗਦੀਆਂ ਦੇਖ ਪੱਤੀ ਰਾਮਪੁਰ ਤੇ ਸ਼ਾਹਪੁਰ ਜਾਜਨ ਦੇ ਵਾਸੀਆਂ ਨੇ ਪਿਓ ਪੁੱਤ ਨੂੰ ਕਾਰ ਦੇ ਹੇਠੋਂ ਕੱਢਿਆ, ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।